السلام علیکم خواتین حضرات، اللہ تعالیٰ نے رحمت کرم فضل دے نال آئی ویڈیو شروع کر دیں جیسے جی تے ناظرین تن میں ایک نیوز اپ ڈیٹ دے دوں ریلوے دے حوالے نال کہ ریلوے نے آفیشلی طور تے اناؤنس کر دیتا گیا جی کہ جڑیاں چین تو پاکستان دی تاریخ دیاں مہنگیاں ترین کوچاں منگائیاں گئیاں سیگیاں اور ٹرائل انہاں دا مکمل ہو گیا تے ہر ٹرائل دے وچ فٹ بہ گئیاں وا انہاں نوں جڑا پاکستان دیاں لائناں تے دوڑایا گیا سی او بالکل سیٹ آ ਸਰੰਗਾਂ ਦੇ ਵਿੱਚ ਖੜਾ ਕਰਕੇ ਉਹਨਾਂ ਦੀ ਜਿਹੜੀ ਪਮਾਇਸ਼ ਲਈ ਗਈ ਸੀ ਉਹ ਵੀ ਬਿਲਕੁਲ ਸੈੱਟ ਆ ਗਈਆਂ ਵਾ ਅਤੇ ਹਰ ਤਰੀਕੇ ਦੇ ਨਾਲ ਆਹ ਦੌੜਨ ਵਾਸਤੇ ਤਿਆਰ ਆ ਅਤੇ ਇਹਨਾਂ ਨੂੰ ਪਾਕਿਸਤਾਨ ਨੇ ਆਪਣੇ ਆਫਿਸ਼ਲੀ ਤੌਰ 'ਤੇ ਅਨਾਊਂਸ ਕਰ ਦਿੱਤਾ ਜੀ ਕਿ ਹੁਣ ਆਹ ਤਮਾਮ ਕੋਚਾਂ ਜਿਹੜੀਆਂ ਹੈਗੀਆਂ ਜੀ ਚੱਲਣ ਵਾਸਤੇ ਬਿਲਕੁਲ ਤਿਆਰ ਆ ਹੁਣ ਅਤੇ ਸਭ ਤੋਂ ਵੱਡੀ ਗੱਲ ਆ ਵਾ ਕਿ ਹੁਣ ਸਾਨੂੰ ਮੁਖਤਲਿਫ ਨਵੀਆਂ ਟ੍ਰੇਨਾਂ ਚੱਲਣਗੀਆਂ ਜਿਹਦੇ ਵਿੱਚ ਆਹ ਕੋਚਾਂ ਲੱਗਣਗੀਆਂ ਹੁਣ ਖਾਸ ਤੌਰ 'ਤੇ ਗ੍ਰੀਨ ਲਾਈਨ ਐਕਸਪ੍ਰੈਸ ਜਿਹੜੀ ਆ ਜੀ ਉਹ ਹੁਣ ਚੱਲਣ ਵਾਸਤੇ ਬਿਲਕੁਲ ਤਿਆਰ ਆ ਉਹਦੀ ਸਾਰਾ ਕੰਮ ਸ਼ੰਮ ਤਿਆਰ ਹੋ ਗਿਆ ਇਸ ਵਜ਼ਾਹਤ ਦਾ ਮਤਲਬ ਆਹੀ ਸੀਗਾ ਜੀ ਕਿ ਗ੍ਰੀਨ ਲਾਈਨ ਜਿਹੜੀ ਆ ਜੀ ਇਨਸ਼ਾ ਅੱਲਾਹ ਤਾਲਾ 15 ਜਨਵਰੀ ਤੱਕ ਪਾਕਿਸਤਾਨ ਰੇਲਵੇ ਚਲਾਏਗਾ ਅਤੇ ਆਹ ਤੁਹਾਨੂੰ ਸੁਬਹਾ ਸੁਬਹਾ ਮੈਂ ਕਿਹਾ ਤੁਹਾਨੂੰ ਇੱਕ ਜ਼ਰੂਰੀ ਅਪਡੇਟ ਦੇ ਦੇਵਾਂ ਅਤੇ ਇਨਸ਼ਾ ਅੱਲਾਹ ਤਾਲਾ ਇਸ ਤਰ੍ਹਾਂ ਦੀ ਨਵੀਆਂ ਵੀਡੀਓ ਲੈ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦਾ ਰਹੂੰਗਾ ਨਵੀਆਂ ਅਪਡੇਟਾਂ ਲੈ ਕੇ ਹਾਜ਼ਰ ਹੁੰਦਾ ਰਹੂੰਗਾ ਉਦੋਂ ਤੱਕ ਮੈਨੂੰ ਰਾਸ਼ਦ ਹੁਸੈਨ ਨੂੰ ਇੰਟਰਟੇਨਮੈਂਟ ਚੈਨਲ ਤੋਂ ਇਜਾਜ਼ਤ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ।